ਤੇ ਇੱਧਰ ਪੇਂਟ ਵਾਲੇ ਕੰਮ 'ਚ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਧਰਲੇ ਪਾਸੇ ਆਪਣੇ ਮਕੈਨੀਕਲ ਕੰਮ ਦਿਖਾਉਣਾ ਬਾਈ। ਮਕੈਨੀਕਲ ਕੰਮ ਦੇ ਵਿੱਚ ਦੋ ਟਰੈਕਟਰ ਉਰੇ ਰੈਡੀ ਹੋ ਰਹੇ ਨੇਗੇ, ਚਲੋ ਵੀ ਖੁਦ ਦਾ ਕੰਮ ਕਰਨਾ। ਓਕੇ, ਸਮਝ ਰਿਹਾ ਜੋ ਬਤਾ ਰਹਾ ਹੂੰ? ਮੈਂ ਜਬ ਤੁਹਾਰੀ ਏਜ ਮੇ ਥਾ, ਮੈਂ ਪਾਣੀ ਪਿਲਾਤਾ ਥਾ ਬੈਂਕ ਮੇ। ਅੱਛਾ, ਬੈਲ ਵੱਜਤੀ ਥੀ, ਉਹ ਭਾਗ ਕੇ ਜਾਤਾ ਥਾ, ਹਾਂਜੀ ਸਰ ਪਾਣੀ ਲਾਓ, ਮੈਂ ਪਾਣੀ ਪਿਲਾਤਾ ਥਾ। ਠੀਕ ਹੈ, ਹਾਂ, ਅਭੀ ਦੇਖ ਲਾ ਫਿਰ ਮੇਰੇ ਪਾਸ ਕਿਆ ਕਿਆ ਹੈ। ਥਾਰ ਠੂਰੇ ਭਾਈ ਬੂਸਾ ਥਾਰ ਹਾਇਆ ਬੂਸਾ ਸਾਰਾ ਕੁਝ ਹੈ ਨਾ। ਹਾਂ, ਏਸੀ ਇਹ ਨਸਾ ਸਰਕਾਰ ਨਹੀਂ ਹੱਲ ਕਰ ਸਕਦੀ ਜੀ। ਹੋਰ ਕੌਣ ਕਰੂਗਾ? ਇਹ ਸਿਰਫ ਆਪਣੇ ਇੱਕ ਦੂਜੇ ਦੇ ਆਪਾਂ ਸਹਿਯੋਗ ਨਾਲ, ਜੋ ਕਿਸੇ ਦਾ ਵੀ ਕੋਈ ਦੋਸਤ ਮਿੱਤਰ ਆ ਜੋ ਨਹੀਂ ਕਰਦਾ, ਉਹ ਆਪਦੇ ਦੋਸਤ ਮਿੱਤਰ ਨੂੰ ਸਮਝਾਵੇ। ਜੀ ਦੋਸਤੋ, ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਫੋਰਡ 3600 ਤਿਆਰ ਕਰਾਉਣ ਵਾਲੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ, ਜਦੋਂ ਮਰਜ਼ੀ ਸਕਰੀਨ ਦੇ ਉੱਤੇ ਸਾਡੇ ਨੰਬਰ ਆ ਰਹੇ ਨੇਗੇ। ਤੇ ਅੱਜ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਣ ਲੱਗਿਆਂਗਾ, ਜਿਹੜੇ ਭਰਾ ਪਹਿਲੀ ਵਾਰ ਦੇਖ ਰਹੇ ਨੇ, ਪਹਿਲਾਂ ਉਹਨਾਂ ਨੂੰ ਦੱਸਦਾ ਵੀ ਸਾਰੀਆਂ ਚੀਜ਼ਾਂ, ਜਦੋਂ ਕਿਸੇ ਦਾ ਟਰੈਕਟਰ ਤਿਆਰ ਹੁੰਦਾ, ਇਕੱਲੀ ਇਕੱਲੀ ਚੀਜ਼ ਉਹਦੇ ਟਰੈਕਟਰ ਦੇ ਵਿੱਚ ਕੀ ਕੀ ਕੰਮ ਹੋ ਰਿਹਾ, ਸਾਰੇ ਦੇ ਵਲੌਗ ਡੇਲੀ ਆਉਂਦੇ ਰਹਿੰਦੇ ਨੇ ਬਾਈ। ਸਾਡਾ ਚੈਨਲ ਸਬਸਕ੍ਰਾਈਬ ਕਰ ਲਓ, ਤੇ ਡੇਲੀ ਜਿਹੜੇ 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 ਟਰੈਕਟਰ ਤਿਆਰ ਹੋ ਰਹੇ ਨੇ ਉਹਨਾਂ ਦੀ ਅਪਡੇਟ ਅਸੀਂ ਦਿੰਦੇ ਰਹਿੰਦੇ ਹਾਂ। ਤੇ ਹੁਣ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ, ਇੱਕ ਤਾਂ ਫੋਰਡ 3620 ਪੇਂਟ 'ਤੇ ਲੱਗਿਆ ਹੋਇਆ, ਉਹਦਾ ਪੇਂਟ ਦਾ ਕੰਮ ਚੱਲ ਰਿਹਾ। ਇੱਕ ਫੋਰਡ 3600 ਹੋਰ ਹੈ, ਉਹ ਪੇਂਟ ਦਾ ਕੰਮ ਚੱਲ ਰਿਹਾ। ਇੱਕ ਫੋਰਡ 3600 1992 ਮਾਡਲ ਹੈਗਾ, ਅਤੇ ਉਹ ਪਾਵਰ ਸਟੀਅਰਿੰਗ ਹੋ ਚੁੱਕਿਆ, ਪਾਵਰ ਸਟੀਅਰਿੰਗ ਦੀਆਂ ਪਾਈਪਾਂ ਫਿੱਟ ਹੋ ਚੁੱਕੀਆਂ, ਲਗਭਗ ਟਾਇਰ ਲੱਗ ਚੁੱਕੇ ਨੇਗੇ ਮਕੈਨੀਕਲ ਕੰਮ ਹੋਣ ਤੋਂ ਬਾਅਦ। ਇੱਕ ਫੋਰਡ 3600 ਇੰਜਨ ਦੀ ਵੇਟ ਕਰ ਰਿਹਾ, ਇੰਜਨ ਗ੍ਰੈਂਡ ਹੋਣ ਲਈ ਗਿਆ ਹੋਇਆ ਹੈਗਾ, ਉਹਦੀ ਜਾਣਕਾਰੀ ਦੇਵਾਂਗੇ। ਬਾਕੀ ਛੋਟੀਆਂ ਮੋਟੀਆਂ ਗੱਲਾਂ ਹੋਰ ਤੁਹਾਡੇ ਨਾਲ ਸਾਂਝੇ ਕਰਾਂਗੇ, ਨਾਲ ਬਣੇ ਰਹੋ। ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਮੈਂ ਫਿਰ ਕਹਿ ਰਿਹਾ, ਸਬਸਕ੍ਰਾਈਬ ਜ਼ਰੂਰ ਕਰ ਲਓ ਬਾਈ, ਅਤੇ ਫੇਸਬੁੱਕ ਵਾਲੇ ਫੋਲੋ ਕਰ ਲਓ, ਇੰਸਟਾਗ੍ਰਾਮ ਵਾਲੇ ਵੀ ਫੋਲੋ ਕਰ ਲਓ। ਇੱਧਰ ਪੇਂਟ ਵਾਲੇ ਕੰਮ 'ਚ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਧਰਲੇ ਪਾਸੇ ਆਪਣੇ ਮਕੈਨੀਕਲ ਕੰਮ ਦਿਖਾਉਣਾ ਬਾਈ। ਮਕੈਨੀਕਲ ਕੰਮ ਦੇ ਵਿੱਚ ਦੋ ਟਰੈਕਟਰ ਉਰੇ ਰੈਡੀ ਹੋ ਰਹੇ ਨੇਗੇ, ਇਹ ਤਾਂ ਟਰੈਕਟਰ ਲਗਭਗ ਰੈਡੀ ਹੈਗਾ, ਅਤੇ ਇਹਨੇ ਇੱਕ ਦੋ ਦਿਨਾਂ ਦੇ ਵਿੱਚ ਇਹਨੇ ਬਾਹਰ ਨਿਕਲ ਜਾਣਾ, ਇਹਦੀ ਥਾਂ 'ਤੇ ਕੋਈ ਹੋਰ ਟਰੈਕਟਰ ਮਕੈਨੀਕਲ ਕੰਮ ਲਈ ਲੱਗ ਜਾਣਾ ਹੈਗਾ। ਅਤੇ ਇਹ ਟਰੈਕਟਰ ਦੇ ਜਿਹੜੇ ਜਿਹੜੇ ਕੰਮ ਹੋ ਚੁੱਕੇ ਨੇ ਉਹ 'ਤੇ ਤੁਹਾਡੀ ਨਿਗਾਹ ਮਰਵਾ ਦੇਣਾ। ਪਾਵਰ ਸਟੀਅਰਿੰਗ ਇੰਜਨ ਹੋ ਚੁੱਕਿਆ ਹੈਗਾ, ਪਿਛਲੀਆਂ ਟਿਊਬਾਂ ਲੱਗ ਚੁੱਕੀਆਂ ਨੇ, ਤੇਲ ਬ੍ਰੇਕਾਂ ਨੇਗੀਆਂ, ਅਤੇ ਪਿੱਛੇ ਵਾਲੇ ਟਾਇਰ ਲੱਗ ਚੁੱਕੇ ਨੇਗੇ, ਮੂਹਰੇ ਫਰੰਟ ਟਾਇਰ ਪਾ ਦਿੱਤੇ ਹੈਗੇ ਪਾਵਰ ਸਟੀਅਰਿੰਗ ਕਰਨ ਤੋਂ ਬਾਅਦ। ਇਹ ਨੋਰਮਲ ਟਾਇਰ ਹਾਲੇ ਪਾਏ ਨੇ ਟੈਸਟਿੰਗ ਵਾਸਤੇ, ਅਤੇ ਇਹਦੇ ਉੱਤੇ ਇੱਕ ਵਾਰ ਨਿਗਾਹ ਮਰਵਾ ਦੇਣਾ। ਇੰਜਨ ਉਂਜਨ ਸਾਰਾ ਕੁਝ ਓਕੇ ਹੋ ਚੁੱਕਿਆ ਹੈਗਾ, ਮੇਨ ਤਾਂ ਇਹਦੀ ਸਟੀਅਰਿੰਗ ਮੋਟਰ ਲੱਗ ਚੁੱਕੀ ਹੈ, ਠੀਕ ਹੈ। ਉਸ ਤੋਂ ਬਾਅਦ ਜਿਹੜੀਆਂ ਇਹਦੀਆਂ ਪਾਈਪਾਂ, ਮੈਂ ਤੁਹਾਨੂੰ ਕਿਹਾ ਸੀਗਾ ਵੀ ਅਸੀਂ ਪਾਈਪਾਂ ਇਹਦੀਆਂ ਆਪ ਉਰੇ ਆਪਣੀ ਵਰਕਸ਼ਾਪ 'ਚ, ਸਾਰਾ ਕੁਝ ਆਪਣੀ ਵਰਕਸ਼ਾਪ 'ਚ ਹੁੰਦਾ, ਪਾਵਰ ਸਟੀਅਰਿੰਗ ਸਾਰਾ ਕੁਝ ਇੱਕੋ ਇੱਕ ਇੱਕ ਥਾਂ 'ਤੇ ਇੱਕ ਵਰਕਸ਼ਾਪ 'ਚ ਹੀ ਹੁੰਦਾ, ਇੱਕ ਥਾਂ 'ਤੇ ਹੁੰਦਾ ਆਪਣੀ। ਅਤੇ ਆ ਇਧਰਲੀ ਸਾਈਡ ਤੋਂ ਪਾਈਪਾਂ ਦੀ ਫਿਟਿੰਗ ਦੇਖੋ, ਟੋਟਲੀ ਕੰਮ ਸਾਡੀ ਕੋਸ਼ਿਸ਼ ਇਹੀ ਰਹਿੰਦੀ ਵੀ ਆਪ ਕਰੀਏ, ਠੀਕ ਹੈ, ਕਿਤੋਂ ਬਾਹਰੋਂ ਨਾ ਕਰਵਾਈਏ। ਮਕੈਨੀਕਲ ਕੰਮ ਵੀ ਉਰੀ, ਪੇਂਟ ਵੀ ਉਰੀ, ਬਸ ਤੁਸੀਂ ਸਾਡੇ ਕੋਲ ਇਕੱਲਾ ਪੁਰਾਣਾ ਟਰੈਕਟਰ ਭੇਜਣਾ, ਉਦੋਂ ਬਾਅਦ ਸਾਡੀ ਟੈਨਸ਼ਨ ਹੈ, ਸਾਰਾ ਟਰੈਕਟਰ ਅਸੀਂ ਮੋਡੀਫਾਈ ਕਰਕੇ ਦੇਣਾ ਤੁਹਾਨੂੰ। ਅਤੇ ਇਹਦੀ ਪਿੱਛੇ ਵਾਲੀ ਹਾਂਡੀ ਦੇਖ ਲਓ, ਲਿਫਟ ਹਾਂਡੀ, ਅਤੇ ਲਿਫਟ ਇਹਦੀ ਕੰਪਲੀਟ ਪੂਰੇ ਦਾ ਪੂਰਾ ਫਾਰਮ ਟਰੈਕ ਦਾ, ਸਾਰਾ ਪੂਰੇ ਦਾ ਪੂਰਾ ਫਾਰਮ ਟਰੈਕ ਵਾਲਾ ਜਿਹੜਾ ਅੰਦਰਲਾ ਡਿਸਟ੍ਰੀਬਿਊਟਰ ਹੁੰਦਾ ਸਾਰਾ ਉਹ ਲੱਗਣਾ ਹੈਗਾ। ਲਿਫਟ ਲਿਫਟ ਕਪੈਸਿਟੀ ਵੀ ਇਹਦੀ ਵੱਧ ਜਾਣੀ, ਉਹਦੇ ਨਾਲ ਡੂਅਲ ਕਲੱਚ ਹੋ ਗਿਆ ਹੈਗਾ, ਸਾਰਾ ਕੁਝ ਹੋ ਚੁੱਕਿਆ ਹੈਗਾ। ਇੱਥੇ ਸਾਰੀ ਫਿਟਿੰਗ ਤੁਹਾਡੇ ਸਾਹਮਣੇ ਨੇ। ਮਕੈਨੀਕਲ ਕੰਮ ਇਹਦਾ ਲਗਭਗ ਡਨ ਹੈ, 2 ਕੁ ਦਿਨਾਂ ਦੇ ਕੰਮ ਰਹਿ ਗਿਆ, ਟਰੈਕਟਰ ਸਟਾਰਟ ਹੋ ਕੇ ਬਾਹਰ ਨਿਕਲਦਾ ਹੋ ਜਾਵੇ, ਠੀਕ ਹੈ ਜੀ। ਇਹ ਤਾਂ ਹੋ ਗਿਆ ਆਪਣਾ ਮਕੈਨੀਕਲ ਕੰਮ, ਅਤੇ ਇਹ ਵਾਲੇ ਟਰੈਕਟਰ ਦਾ ਇੰਜਣ ਲੱਕੀ ਵੀਰੇ ਕੋਲ ਭੇਜਿਆ ਹੋਇਆ ਹੈਗਾ, ਅਤੇ ਉੱਥੋਂ ਗ੍ਰੈਂਡ ਹੋ ਕੇ ਆ ਜਾਣਾ, ਅਤੇ ਉਸ ਤੋਂ ਬਾਅਦ ਪਿਸਟਨ ਪੁਸਟਨ ਸਾਰਾ ਕੁਝ ਭੇਜ ਦਿੱਤਾ ਉਹਨਾਂ ਨੂੰ, ਮੈਂ ਪਿਛਲੀ ਵੀਡੀਓ 'ਚ ਦਿਖਾ ਚੁੱਕਿਆ ਉਹਦਾ ਕੰਮ ਸਾਰਾ। ਅਤੇ ਤੇਲ ਬ੍ਰੇਕਾਂ ਆਉਣੀਆਂ ਨੇ ਇਹਦੀਆਂ, ਅਤੇ ਇੰਜਨ ਆਉਣਾ, ਉਸ ਤੋਂ ਬਾਅਦ ਇਹਦਾ ਵੀ ਜਿਹੜਾ ਕੰਮ ਇਹਦੇ ਟਰੈਕਟਰ ਦਾ ਹੋ ਰਹੇਗਾ ਉਹੋ ਜਿਹਾ ਕੰਮ ਇਹਦਾ ਵੀ ਹੋ ਜਾਣਾ, ਠੀਕ ਹੈ ਜੀ। ਬਹੁਤ ਸਾਰੇ ਕੰਮ ਖਿੱਚਣ ਦੀ ਸਾਡੀ ਕੋਸ਼ਿਸ਼ ਡੇਲੀ ਹੀ ਰਹਿੰਦੀ ਹੈ। ਆ ਰਿਮ ਆਏ ਨੇਗੇ ਨਵੇਂ, ਅਤੇ ਮੱਡ ਗਾਰਡ ਆਏ ਨੇਗੇ ਨਵੇਂ, ਪੇਟੀ ਬੰਦ ਇਸ ਤਰੀਕੇ ਨਾਲ ਜਿਵੇਂ ਆਹ ਪੇਟੀ ਬੰਦ ਆਏ ਨੇ, ਇਸੇ ਤਰੀਕੇ ਨਾਲ ਸਾਰਾ ਸਮਾਨ ਗਿਆ, ਓਰੀਜਨਲ ਸਮਾਨ ਸਾਡੇ ਕੋਲ ਇਸੇ ਤਰੀਕੇ ਨਾਲ ਆਉਂਦਾ ਹੈਗਾ। ਅਤੇ ਹੁਣ ਆਪਾਂ ਪੇਂਟ ਵਾਲੇ ਪਾਸੇ ਚੱਲਦੇ ਹਾਂਗੇ। ਪਿੰਡ ਵਾਲੇ ਪਾਸੇ ਆ ਸਾਹਮਣੇ ਟਰੈਕਟਰ ਲੱਗਿਆ ਹੋਇਆ 3620। ਹੁਣ ਜ਼ਿਆਦਾਤਰ ਜਿਹੜੇ ਆਪਾਂ ਫੋਰਡ 3600 ਤਿਆਰ ਕਰਦੇ ਹਾਂ ਉਹ ਵੀ ਫਾਰਮ ਟਰੈਕ 60 ਵਾਂਗੂ ਫਾਰਮ ਆ ਜਾਂ 3620 ਵਾਂਗੂ ਹੀ ਰੈਡੀ ਹੁੰਦੇ ਨੇਗੇ ਨਾ ਸਾਰਾ। ਇਹ ਟਰੈਕਟਰਾਂ ਦਾ ਲਗਭਗ ਇਕੱਲਾ ਇੰਜਨ ਬਲੌਕ ਦਾ ਫਰਕ ਰਹਿ ਜਾਂਦਾ, ਬਾਕੀ ਤਾਂ ਸਾਰੇ ਟਰੈਕਟਰ ਜਿਹੜੇ ਫੋਰਡ 3600 ਤਿਆਰ ਹੁੰਦੇ ਨੇਗੇ ਸੇਮ ਹੀ ਹੁੰਦੇ ਨੇ ਬਾਈ ਸਾਰੇ। ਅਤੇ ਇਹਦੇ ਵੀ ਪਾਵਰ ਸਟੀਅਰਿੰਗ ਐਡਵਾਂਸ ਦੇ ਇੰਜਨ ਡੂਅਲ ਕਲੱਚ ਅਤੇ ਗੇਟ ਦਾ ਸਾਰਾ ਕੰਮ, ਪਿੱਛੇ ਤੇਲ ਬ੍ਰੇਕਾਂ, ਸਾਰਾ ਕੰਮ ਬਹੁਤ ਸੋਹਣਾ ਤਰੀਕੇ ਨਾਲ ਇਹਦਾ ਵੀ ਹੋਏਗਾ। ਓਰੀਜਨਲ ਲੁੱਕ ਓਰੀਜਨਲ ਰਹਿਣੀ ਹੈ ਇਹਦੀ। 3620 ਬਹੁਤ ਸੋਹਣਾ ਟਰੈਕਟਰ ਤਿਆਰ ਹੋਣੇਗਾ, ਇਹਦੇ ਪ੍ਰਾਈਮਰ ਵੱਜ ਚੁੱਕੇਗਾ, ਠੀਕ ਹੈ ਜੀ। ਪ੍ਰਾਈਮਰ ਕੋਡ ਵੱਜਿਆ, ਅਤੇ 2 ਦਿਨਾਂ ਨੂੰ, ਕੱਲ੍ਹ ਜਾਂ ਪਰਸੋਂ ਨੂੰ ਇਹਦਾ ਇਹ ਟਰੈਕਟਰ ਸਾਰਾ
पेंट हो जाना है। सानू ऐ भी पहला इहदी शो तैयार कर लीए, छोटा समान तैयार कर लीए, फिर इहनू पेंट करांगे, क्योंकि जदों आपां फिर पेंट करन तों बाद इहनू कवर करना पैंदा, फिर छोटा समान पेंट करदे आ ना, फिर औखा हो जांदा है इधर उधर करना, छोटा समान तां इधर उधर करके इहनू पेंट मारी देवांगे। तो इधर एक फोर्ड 3600 ये अपने वाला ही है, ये भी पेंट के दुबारे लाया है, तो ये उत्ते कुछ नव शाइनिंग शूनिंग जो ज़्यादा चाहिए है, इस करके उस हिसाब से इहनू रगड़ रहे हैं, थोड़ा जिहा टक टुक जे लाए ने गे, वधिया बहुत क्लियरिटी आनी है ये भी पेंट के भी। तो अज आ है छत्ती बी शो, ठीक है, इहनू अज रगड़ रुगड़ रहे थे। तो अज एक गैस वैल्डिंग वाली आ टैंकी साहब को वड्डी सी, आ जी टैंकी है ना, ये अपने को पहला वड्डी सी, वड्डे साइज की, वो पेंट खराब करती है अपनी अणगहली करके, अपने वो वड्डी खराब होगी, यूज इन्नी होंगी नहीं है, साइज अपन इन्ना का बहुत है, क्योंकि छोटे छोटी चीज़ों के कई बार गैस वैल्डिंग करनी पैंती, पाइपा गैस वैल्ड करनी है ना, तो एड्डी अपन लोड नहीं भी अपन वड्डी की लड़ है, इस करके आप छोटे साइज ले अज ही लेके आएंगे गैस वैल्डिंग वाली टैंकी। ट्रैक्टर की एक डिलीवरी करके आए थे, बहुत वधिया डिलीवरी रही, तो बड़ी मनप्रीत तेली वाले एम एल ए ने जेडे मनप्रीत तेली, उन्होंने ट्रैक्टर की बहुत सोहनी डिलीवरी रही, तो बहुत सोहना उन्होंने रिस्पोंस भी रहा है ना, वधिया खुश हो गए, अज भी गल हुई थी बई उन्होंने, वधिया पुछ रहे कि एक उन्होंने हुण मैसी तैयार करना अपने, शायद जो मैसी आ जाए उन्होंने वधिया है, वह भी वधिया तरीके आप तैयार करा, वह भी उन्होंने जद्दी है रिस्टोर करना है मैसी ओरिजिनल, विक्की ते मैं डॉक्टर साहब ते असीं तुहानूं पता ही है एक दिन छड्ड के असीं एक पिंड दा मुंडा हैगा अपने नेड़े तेरे एक पिंड है देख ला, ते उत्थों दा मुंडा उहदे कीड़े पए होए सी जख्मां च, ते जदों असीं आए हालत माड़ी सी उहदी, ते उहदा जख्म आपां एक दिन छड्ड के उहदे पट्टियां कर रहे हैंगे, ते पक्का ही ड्यूटी है भी आ ही रहा है ना, नवें साल तों पहलां दे आ रहे, चाहे धुंद है चाहे बर्फ पै रही है चाहे ठंड पै रही है चाहे कुछ भी है ना, असी मिस नहीं किया है, तो मुंडे की हालत हूँ ठीक है, पहला नालों बहुत फर्क है, अज पुछ रहे हैं जाके उहदे हाल चाल, तो पट्टियां करते हैं देखते हैं होर किन्ने क दिन आपां पट्टी करनी पवेगी, उस तो बाद जे आपां नूं लग्या भी हुण हिसाब च है गल, फिर एक दिन देने आ गए इन्हां दे पिंड दे डाक्टर नूं कह देंगे भाई तू पट्टियां करया कर हुण रोज़, तो सानूं फोटो भेज दिया कर जख्म की है ना, तो मुंडा पहला नालों ठीक है भाई, अके नहीं थके नहीं, ठीक है अपनी ड्यूटी जो चीज पवंद है अके नहीं थके नहीं, हां गांह चारती है, पर फिर भी असि लाल भी कोई चीज की परवाह नहीं की, घर दी गाला की परवाह नहीं की, ठीक है घरे नहीं दसिया सी भी असि इन्ने खतरों के खिलाड़ी है, ते चलो मुंडे का जख्म ध्यान च बई, पहला नाल फर्क है ना हुण, ते आपदे काम करन लग जाए आपदे जोगा हो जाए बंदा, इस तों वड्डी की प्राप्ति हो सकदी है बई, ठंड घटाती हरविंदर तो हरविंदर सिंह बनाई तेरी वीडियो हुण ना ना नशा छड्ड तू हुण तू आपदी हालत दस पहला तां मेरी हालत तां जी बहुत गनों वधिया जी जख्म दी ते मेरी आपदी सुधार भी है जी जख्म दे करके ठीक है ਜ਼ਖਮ ਦੀ ਹਾਲਤ ਕੀ ਹੈ ਹੁਣ ਕਦੋਂ ਤੱਕ ਠੀਕ ਹੋ ਜੂ ਕਿੰਨਾ ਕੁ ਠੀਕ ਹੋ ਗਿਆ ਜ਼ਖਮ ਅੱਗੇ ਨਾਲੋਂ ਬਹੁਤ ਜ਼ਿਆਦਾ 100-70% ਠੀਕ ਹੋ ਗਿਆ ਜੀ ਹਾਂ ਗੁਲਾਬੀ ਹੋ ਗਿਆ ਹਾਂ ਜੀ ਗੁਲਾਬੀ ਹੋ ਗਿਆ ਜ਼ਖਮ ਮੇਰਾ ਭਰ ਗਿਆ ਜੀ ਵਿੱਚੋਂ ਟੋਏ ਸਾਰੇ ਭਰ ਚੁੱਕੇ ਨੇ ਜੀ ਅੱਗੇ ਨਾਲੋਂ ਦਰਦ ਨਹੀਂ ਹੈਗਾ ਨਾ ਇਹ ਸਾਸ ਹੁੰਦੇ ਬਿਲਕੁਲ ਨਾ ਆਰਾਮ ਨਾਲ ਪੈਂਦਾ ਜੀ ਠੀਕ ਹੈ ਜਮਾ ਹਾਂ ਜੀ ਕਦੋਂ ਤੱਕ ਉਮੀਦ ਹੈ ਵੀ ਤੂੰ ਠੀਕ ਹੋ ਜਮਾ ਠੀਕ ਹੋ ਜਾਏਗਾ ਇਹ ਮੈਨੂੰ ਉਮੀਦ ਹੈ ਜੀ ਮੈਂ 15 ਦਿਨਾਂ ਵਿੱਚ 10-15 ਦਿਨਾਂ ਵਿੱਚ ਬਿਲਕੁਲ ਠੀਕ ਹੋ ਜਾਊਂਗਾ ਕੰਮ ਕਰਨ ਲੱਗ ਜਾਏਗਾ ਹਾਂ ਯਾਰ ਕੰਮ ਕਰ ਲੱਗ ਜਾਊਂਗਾ ਜਿੱਥੋਂ ਇੱਕ ਵੀਰੋ ਮੇਰੀ ਸੋਚ ਆ ਨਸ਼ੇ ਬਾਰੇ ਹਰੇਕ ਕਿਸੇ ਦਾ ਕੋਈ ਵੀ ਯਾਰ ਦੋਸਤ ਇਹੋ ਜਿਹਾ ਨਹੀਂ ਹੁੰਦਾ ਜੋ ਕਿ ਬਿਲਕੁਲ ਨਸ਼ਾ ਨਹੀਂ ਕਰਦਾ ਹਰੇਕ ਨਸ਼ਾ ਹਰੇਕ ਦਾ ਯਾਰ ਦੋਸਤ ਨਸ਼ਾ ਕਰਦਾ ਹਾਂ ਹਰੇਕ ਦਾ ਕੋਈ ਦੋਸਤ ਕੋਈ ਨਾ ਕੋਈ ਹੁੰਦਾ ਕੋਈ ਵੀ ਸਾਰੇ ਨਸ਼ੇ ਕਰਦੇ ਨੇ ਤਾਂ ਕਿ ਹਰੇਕ ਦੋ ਇੱਕ ਦੂਸਰੇ ਦਾ ਸਹਿਯੋਗ ਦੋ ਜਿਸ ਤਰ੍ਹਾਂ ਕਿ ਜੂਥ ਪਾਵਰ ਵੀਰ ਵਾਲਿਆਂ ਨੇ ਮੇਰਾ ਸਹਿਯੋਗ ਦਿੱਤਾ ਹੈ ਮੈਂ ਆਦਮੀ ਵਾਲਿਆਂ ਕੋਲੇ ਗਿਆ ਪਰ ਮੇਰਾ ਕੋਈ ਸਾਥ ਨਹੀਂ ਸੁਣਿਆ ਹੈਗਾ
ਕਿਹਨਾਂ ਕੋਲ? ਆਮ ਆਦਮੀ ਪਾਰਟੀ ਵਾਲੇ ਭਰਾ ਜੀ ਕੋਲੇ ਗਿਆ। ਅੱਛਾ, ਉਹਨੇ ਮੇਰਾ ਕੋਈ ਸਹਿਯੋਗ ਮਿਲਿਆ ਸੀ ਤੂੰ ਉਹਨਾਂ ਨੂੰ? ਹਾਂ, ਪਰਸਨਲੀ ਮਿਲਿਆ ਸੀ ਉਹਨਾਂ ਨੂੰ? ਹਾਂ, ਪਰਸਨਲੀ ਮਿਲਿਆ ਸੀ ਜੀ। ਮੈਂ ਕੀ ਕਹਿੰਦੇ ਤੈਨੂੰ? ਮੈਨੂੰ ਐ ਰੇਲਵੇ ਚੌਂਕ ਦੇ ਵਿੱਚ ਗਿਆ ਜੀ, ਦਫ਼ਤਰ ਦੇ ਵਿੱਚ। ਮੈਨੂੰ ਉੱਥੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਜੀ। ਘਰੇ ਨਹੀਂ ਗਿਆ ਫਿਰ? ਕੋਠੀ ਜਾਣਾ ਸੀ ਉਹਨਾਂ ਦੀ? ਕੋਠੀ ਵੀ ਗਿਆ ਜੀ ਮੈਂ, ਚੌਰ ਮਾਜਰੇ ਕੋਠੀ ਦੇ ਵਿੱਚ ਵੀ ਗਿਆ ਜੀ। ਉੱਥੇ ਕੌਣ ਮਿਲਿਆ? ਉੱਥੇ ਮੈਨੂੰ ਸਕਿਉਰਿਟੀ ਗਾਰਡਾਂ ਨੇ ਜੀ, ਗਨਮੈਨਾਂ ਨੇ ਜਾਣ ਨਹੀਂ ਦਿੱਤਾ ਜੀ, ਮਿਲਣ ਨਹੀਂ ਦਿੱਤਾ ਉੱਥੇ ਤਾਂ ਜੀ। ਅੱਛਾ, ਬਿਲਕੁਲ ਜੀ। ਮੈਂ ਭਰਾ ਜੀ ਨੂੰ 3-4 ਦਿਨ ਉਡੀਕਦਾ ਰਿਹਾ, ਉੱਥੇ ਜਾਂਦਾ ਰਿਹਾ ਤੇ ਮੈਂ ਜਦੋਂ ਆਏ ਮੈਂ ਉੱਥੇ ਜ਼ਰੂਰ ਮਿਲਿਆ ਉਹਨਾਂ ਨੂੰ। ਮੈਂ ਜਦੋਂ ਉਹਨਾਂ ਨੇ ਗੱਡੀ ਉਤਾਰੀ, ਰੋਕੀ, ਉਤਰੇ, ਮੈਂ ਜਦੀ ਉਹਨਾਂ ਦੇ ਕੋਲੇ ਗਿਆ ਤੁਰੰਤ ਉਹਨਾਂ ਦੇ ਰੋਕਣ ਤੇ ਵੀ, ਪਰ ਫਿਰ ਵੀ ਮੈਨੂੰ ਧੱਕੇ ਮਾਰ ਕੇ ਇੱਕ ਸਾਈਡ ਤੇ ਕਰ ਦਿੱਤਾ ਜੀ। ਪਰ ਜਿਹੜੀ ਉਹਨਾਂ ਨੇ ਨੀਤੀ ਅਪਣਾਈ ਆ, ਉਹ ਨੀਤੀ ਨਾਲ ਨੀ ਨਸ਼ਾ ਛੱਡਿਆ ਜਾਂਦਾ ਹੈਗਾ ਜੀ। ਕਿਵੇਂ ਨਸ਼ਾ? ਚੱਲ ਤੇਰੇ ਮੁਤਾਬਕ ਹੁਣ ਤੂੰ ਨਸ਼ਾ ਕਰਦਾ ਸੀ ਨਾ ਸਭ ਤੋਂ ਜ਼ਿਆਦਾ? ਵਧੀਆ ਵਧੀਆ ਲੈਵਲ ਤੇ ਕਰਦਾ ਸੀ? ਹਾਂ, ਵਧੀਆ ਲੈਵਲ ਤੇ ਕਰਦਾ ਸੀ ਨਸ਼ਾ। ਠੀਕ ਹੈ, ਤੇ ਹੁਣ ਇਹ ਨਸ਼ਾ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਨੇ, ਕਿਵੇਂ ਸਰਕਾਰ ਕੀ ਕਰੇ ਵੀ ਜਿਹੜਾ ਇਹ ਹੱਲ ਹੋ ਸਕਦਾ ਹੈਗਾ? ਇਹ ਨਸ਼ਾ ਸਰਕਾਰ ਨਹੀਂ ਹੱਲ ਕਰ ਸਕਦੀ ਜੀ। ਹੋਰ ਕੌਣ ਕਰੂਗਾ? ਇਹ ਸਿਰਫ ਆਪਣੇ ਇੱਕ ਦੂਜੇ ਦੇ ਆਪਾਂ ਸਹਿਯੋਗ ਨਾਲ, ਜੋ ਕਿਸੇ ਦਾ ਵੀ ਕੋਈ ਦੋਸਤ ਮਿੱਤਰ ਆ ਜੋ ਨਹੀਂ ਕਰਦਾ, ਉਹਦੇ ਦੋਸਤ ਮਿੱਤਰ ਨੂੰ ਸਮਝਾਵੇ ਤੇ ਇਸ ਰਸਤੇ ਤੇ ਪਾਵੇ, ਠੀਕ ਹੈ ਜੀ, ਉਹਦਾ ਨਸ਼ਾ ਛੱਡਣ ਦੇ ਵਿੱਚ ਸਹਿਯੋਗ ਦੇਵੇ, ਚੰਗੇ ਰਸਤੇ ਪਾਵੇ। ਹਾਂ, ਚੰਗੇ ਰਸਤੇ। ਸਰਕਾਰ ਕਿਉਂ ਨਹੀਂ ਕਰ ਸਕਦੀ ਕੁਛ? ਸਰਕਾਰ ਬਿਲਕੁਲ ਨਹੀਂ ਕਰ ਸਕਦੀ, ਸਰਕਾਰ ਕਿਉਂਕਿ ਆਪ ਖੁਦ ਵਿਕੀ ਹੁੰਦੀ ਜੀ। ਇੱਕ ਦੂਸਰੀ ਨਾਲ ਹੀ ਸਿਰਫ ਰਾਜਨੀਤੀ ਬਾਰੇ ਸੋਚਦੇ ਆ ਉਹਦੇ ਬਾਰੇ ਜੀ। ਇਹ ਨਸ਼ਾ ਨਹੀਂ ਬੰਦ ਕਰ ਸਕਦੀ ਬਿਲਕੁਲ। ਜੇ ਦੋ ਸਹੀ ਨੇ ਜੀ ਤਾਂ ਦੋ ਵਿਕ ਜਾਂਦੇ ਨੇ ਵਿੱਚੋਂ। ਇਹ ਵੀ ਹੈ ਵੀ ਜਿਹੜਾ ਇੱਕ ਬੰਦਾ ਸਹੀ ਹੈ, ਜਿਵੇਂ ਮੰਨ ਲਓ ਚੱਲ ਭਗਵੰਤ ਮਾਨ ਸਹੀ ਹੈ ਥੱਲੇ ਵਾਲੇ ਦੇ। ਹਾਂ ਜੀ, ਹੋਰ ਕਰ ਦਿਓ। ਹਾਂ, ਕੀੜੇ ਪੈ ਗਏ, ਕੀੜੇ ਪੈਣ ਤੋਂ ਬਾਅਦ ਮੁੜ ਕੇ ਆਇਆ ਮੌਤ ਦੇ ਮੂੰਹ ਚੋਂ, ਹਨਾ ਵੀ ਯਾਦ ਨਹੀਂ ਤੁਹਾਡਾ ਵੀ ਆਉਣ ਵਾਲੇ ਟਾਈਮ ਚ ਇਹੀ ਹਾਲ ਹੋਣ ਵਾਲਾ। ਮੇਰੇ ਦਿਲ ਦੇ ਵਿੱਚ ਬਹੁਤ ਮਿਸਾਲਾਂ ਉੱਠਦੇ ਨੇ ਵੀਰ ਜੀ, ਨਸ਼ੇ ਬਾਰੇ ਬਹੁਤ ਵਧੀਆ ਵਧੀਆ ਸੋਚਾਂ ਉੱਠਦੀਆਂ ਨੇ। ਕੀ ਬਾਤ ਹੈ! ਹਾਂਜੀ, ਚਲ ਵਧੀਆ। ਹਾਂ, ਮੈਂ ਇਸ ਲਈ ਜ਼ਾਹਿਰ ਕਰਨਾ ਚਾਹੁੰਦਾ, ਮੈਨੂੰ ਨਾ ਕਿਸੇ ਨੇ ਕਮੈਂਟ ਕੀਤਾ ਕਹਿੰਦਾ ਇਹ ਫੇਰ ਡਰਮਾ ਡੋਲ ਤੇ ਲੱਗੂਗਾ। ਨਹੀਂ ਬਿਲਕੁਲ ਜੀ ਵੀਰ ਜੀ, ਮੈਂ ਕਿਸੇ ਦਾ ਕਮੈਂਟ ਆਇਆ ਵੀ ਕੀ ਕਹਿੰਦਾ ਫੇਰ ਡਰਮਾ ਡੋਲ ਤੇ ਲੱਗੂ, ਕਹਿੰਦਾ ਇਹ ਜਮੀ ਲੱਗ ਸਕਦਾ ਜੀ, ਸਾਡੀ ਬੇਇੱਜ਼ਤੀ ਨਾ ਕਰਾ ਦੀ ਹੁਣ। ਮੈਂ ਕਹਿੰਦਾ ਜਮੀ ਵੀ ਨਹੀਂ ਜੀ, ਮੈਂ ਅਸੀਂ ਉਹ ਬੰਦੇ ਨੂੰ ਫਿਰ ਬਾਅਦ ਚੋਂ ਕਰਨਾ। ਮੈਂ ਕਹਿੰਦਾ ਜੀ ਜਮੀ ਵੀ ਨਹੀਂ, ਮੈਂ ਥੋੜੀ ਨਾਲ ਹੀ ਚੱਲਿਆ ਕਰੂੰਗਾ ਜੀ। ਤੈਨੂੰ ਕੰਮ ਵੀ ਦਵਾ, ਤੈਨੂੰ ਕੰਮ ਪੱਕਾ ਦਵਾ ਦੂੰ ਫਿਰ ਮੈਂ। ਬਸ ਠੀਕ ਹੈ, ਕੰਮ ਪੱਕਾ ਦਵਾ ਦੂੰ ਜੇ ਤੂੰ ਸੈਟ ਹੋ ਗਿਆ। ਠੀਕ ਹੈ ਮਾਤਾ ਜੀ, ਆਹ ਪੱਟੀਆਂ ਸਾਂਭ ਲਿਓ ਸਾਰਾ ਸਮਾਨ ਨੇ। ਬੇਬੇ ਸਤਿ ਸ਼੍ਰੀ ਅਕਾਲ, ਠੀਕ ਹੋ? ਦੀਨ ਦਾ ਮਾੜਾ ਮੋਟਾ ਅੱਖਾਂ ਤੋਂ ਠੰਡ ਤੋਂ ਬਚ ਕੇ ਰਹੋ। ਠੀਕ ਹੈ ਜੀ, ਓਕੇ, ਬਸ ਠੀਕ ਹੈ ਠੀਕ ਹੈ, ਕੋਈ ਨਾ ਤੈਨੂੰ ਸੈੱਟ ਰਹਿ ਜਾਵਾਂ, ਲਾਂਭਾ ਨਾ ਆਵੇ ਕੋਈ। ਲਵੀਆਂ ਬੱਕੀ ਕੰਮ ਕਰਨ ਦਾ ਸਵਾਦ ਹੁੰਦਾ ਨਾ, ਬੰਦਾ ਸਹੀ ਰਾਹ ਜਾ ਰਿਹਾ। ਮੋਟੀਵੇਸ਼ਨ ਹੀ ਬੜੀ ਹੈ, ਮੋਟੀਵੇਟਿੰਗ ਬੜਾ ਕਰਨ ਲੱਗ ਗਿਆ ਤਾਂ ਬੰਦਾ, ਇਹ ਮੋਟੀਵੇਸ਼ਨ ਸਪੀਕਰ ਬਣੂਗਾ ਇਹਨਾਂ ਛੇੜੀਆਂ ਦਾ। ਚਲੋ ਚੱਲੀਏ ਬਾਈ, ਕੀੜਾ ਜਿਹਾ ਉੱਠਿਆ ਨਾ ਵੀ ਡੋਸਾ ਖਾ ਕੇ ਦੇਖਦੇ ਕੀ ਚੀਜ਼ ਹੁੰਦੀ ਹੈ ਨਾ ਡੋਸਾ। ਅਤੇ ਸਾਡੇ ਉਰੇ ਮਦਰਾਸ ਡੋਸੇ ਵਾਲੇ ਆ, ਅਤੇ ਉਰੇ ਡੋਸਾ ਖਾਧਾ ਵਧੀਆ ਸੀ, ਟੇਸਟੀ ਸੀਗਾ। 5-7 ਸਾਲ ਦੀ ਤਸੱਲੀ ਹੋ ਗਈ ਆਪਣੀ ਹੈ ਨਾ। ਅਤੇ ਨਾਲ ਇਹ ਉਰੇ ਮੁੰਡਾ, ਕਿਆ ਨਾਮ ਹੈ ਆਪਣਾ? ਕ੍ਰਿਸ਼ਨਾ। ਇਹ ਉੱਥੇ ਲੱਗਿਆ ਹੋਇਆ ਹੈਗਾ ਤੇ ਉਹਨਾਂ ਨੇ ਸਪੈਸ਼ਲ ਕਹਿੰਦਾ ਬਾਈ ਸਾਡੀ ਵੀਡੀਓ ਪਾ ਦਿਓ। ਮੈਂ ਕਿਹਾ ਚੱਲ ਵੀਡੀਓ ਤਾਂ ਜਦੋਂ ਭੀੜ ਜੀ ਉਹਦੇ ਨੇ ਪਾ ਦਾਂਗੇ, ਹੁਣ ਤਾਂ ਟਾਈਮ ਬੜਾ ਹੋ ਗਿਆ। ਕਹਿੰਦਾ ਮੁੰਡੇ ਨੂੰ ਗੇੜਾ ਲਵਾਓ, ਥਾਰ ਮੇ ਬੈਠਣਾ ਹੈ ਨਾ। ਕਹਿੰਦਾ ਥਾਰ ਮੇ ਬੈਠਣਾ, ਕਬ ਸੇ ਬੈਠਣਾ ਚਾਹਤੇ ਥੇ ਥਾਰ ਮੇ? ਬਚਪਨ ਸੇ। ਅੱਛਾ, ਕਭੀ ਥਾਰ ਮੇ ਨਹੀਂ ਬੈਠੇ ਥੇ ਪਹਿਲੇ? ਆਜ ਸੇ ਪਹਿਲੇ ਨਹੀਂ, ਬਾਹਰ ਸੇ ਦੇਖਾ ਥਾ। ਕਿਆ ਬਾਤ ਹੈ! ਫਿਰ ਆਜ ਫਿਰ ਗੇੜੀ ਲਗਾਊਂ? ਓਕੇ, ਚਲ ਬਾਈ ਨੂੰ ਗੇੜੀ ਦਵਾਉਣੇ ਪਹਿਲਾਂ ਬਾਈ, ਫਿਰ ਇਹ ਤੋਂ ਪੁੱਛ ਲਿਆ ਵੀ ਕਿਸਾ ਲਗਾ। ਠੀਕ ਹੈ, ਥਾਰ 'ਚ ਬੈਠ ਗਿਆ ਮੁੰਡਾ। ਔਰ ਦੇਖਿਆ ਤੂੰ? ਤੂੰ ਹਾਇਆ ਬੂਸਾ ਦੇਖਿਆ ਮੇਰੇ ਪਾਸ? ਹਾਇਆ ਬੂਸਾ ਦੇਖਿਆ? ਹਾਂ, ਬਸ ਫਿਰ ਉਸ 'ਤੇ ਵੀ ਦਿਲਾ ਦੇਂਗੇ ਤੁਝੇ ਗੇੜੀ। ਕਿਤਨੇ ਸਾਲ ਕਾ? 15। ਯਹਾਂ ਕਿਸਕੇ ਪਾਸ ਵੈਸੇ ਕੰਮ ਕਰਤਾ ਹੈ? ਕਿਸੀ ਕੇ ਪਾਸ ਹੈ? ਰਿਸ਼ਤੇਦਾਰ ਕੇ ਪਾਸ? ਨਹੀਂ, ਕੰਮ ਕਰਤਾ ਹੂੰ ਕੇ ਪਾਸ। ਕੰਮ ਕਰਤਾ ਹੈ? ਕੀ ਬਾਤ ਹੈ ਯਾਰ, ਮੈਂ ਵੀ 16 ਸਾਲ ਦਾ ਕੰਮ ਕਰਨ ਲੱਗ ਗਿਆ ਸੀ ਬਾਈ। ਸਿੰਗਰ ਕੌਣ, ਗਾਣਾ ਕਿਸਕੇ ਵਧੀਆ ਲੱਗਦੇ? ਪੰਜਾਬੀ ਗਾਣੇ ਕਿਸਕੇ ਜ਼ਿਆਦਾ ਵਧੀਆ ਲੱਗਦੇ? ਸਿੱਧੂ ਮੂਸੇ ਵਾਲੇ ਕੇ। ਲੈ ਫਿਰ ਤਾਂ ਤੂੰ ਯਾਰ ਆੜੀਆ ਸਾਡਾ, ਲੈ ਵੀ ਇਹਨੂੰ ਮੁੰਡੇ ਮੂਸੇ ਵਾਲੇ ਦੇ ਗਾਣੇ ਲਾਈਏ ਪਹਿਲਾਂ, ਮੂਸੇ ਵਾਲਾ। ਚੱਲ ਕੌਣ ਸਾ ਗਾਣਾ ਲਗਾਏ? ਚੱਕ ਜੱਟ ਦਾ ਮੁਕਾਬਲਾ ਹੈ, ਜੱਟ ਦਾ ਮੁਕਾਬਲਾ ਦੱਸਣ ਨੂੰ ਕਿੱਥੇ ਨਹੀਂ। ਏ ਮਹਾਰਾਸ਼ਟਰ ਵਾਲਾ ਦੇਖੋ ਬਾਈ, ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ ਜੱਟ ਦਾ ਮੁਕਾਬਲਾ।
हाँ भाई कैसा लगा? बहुत बढ़िया बढ़िया गाड़ी लगी ना पहली बार थार में बैठ के कैसा लगा? बहुत अच्छा लगा। अच्छा लगा हाँ। चलो बढ़िया है, अभी काम यही करना है, डोसे का काम करना है। हाँ। ज्यादा मेहनत, ज्यादा से ज्यादा मेहनत करो, आगे बढ़ो लाइफ में, खुद का काम करना है। हाँ। ये सोच के चलो भी खुद का काम करना है। ओके। समझ रहे हैं जो बता रहा हूँ? हाँ, मैं जब तुम्हारी एज में था मैं पानी पिलाता था बैंक में। अच्छा। बेल बजती थी वो भाग के जाता था, हाँ जी सर पानी लाओ, मैं पानी पिलाता था। ठीक है। हाँ। तो अभी देख लो फिर मेरे पास क्या क्या है। थार ठुकरे भाई थार है या भूसा सारा कुछ है ना। हाँ। इसी है, हार्ड वर्क करो। तुम्हारी एज में मैं भी काम करता था। ओके। पर खुद का शुरू करना है इसके बाद। ओके। ठीक है, ये जिंदगी भर याद रखना है, भी जब करना है सीख लेना और खुद का काम शुरू कर लेना। ओके। ठीक है, ठीक है। ओके, हायाबूसा लेना, फिर थार लेनी है तूने भी। हायाबूसा ले सकता है, कुछ भी पॉसिबल है। खुद का काम करेगा फिर लेगा। हाँ, खुद का काम करेगा तो लेगा। ओके। ठीक है, चलो ओके, थैंक यू बाय। ले भी मुंडा खुश करता। हाँ जी बरे। ओके भाई, थैंक यू। ओके जी, ओके, ठीक है भाई। ले भी मुंडे नु मिल ले, मुंडे नु खुश करता, क्या बात है। यही होंगे यार, ये चीजा समझने वाली ने भाई, है ना, समझ। लेट मेनू लेट आई, चलो जदों भी आई जिन्ना किसी के काम आ सकते, किसी को खुशियां दे सकते दिने। तो चलिए हम घर वीडियो रन तोरी करते, कल वाली वीडियो च मिलेंगे, फंक्शन करा, पूरे नज़ारे लवेंगे जिंदगी के।